ਤੁਹਾਡਾ ਆਪਣਾ ਹੋਸਟ ਬਾਬਾ ਜੀ ਮਾਈਕ ਪੁੱਤ ਲੋ ਹੱਥ ਹਟਾ ਦੋ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਮੈਂ ਪਹੁੰਚ ਗਿਆ ਅੱਜ ਸੀਟਲ ਸੀਟਲ ਵਿੱਚ ਮੇਰੇ ਵੀਰ ਸੈਮੀ ਸਾਹਿਬ ਅਜੈ ਸਿੰਘ ਵੀਰ ਜੀ ਆਪਣਾ ਨਾਮ ਖੁਦ ਦੱਸ ਦਿਓ ਸੁਖੀ ਆ ਸੁਖੀ ਵੀਰ ਜੀ ਅਤੇ ਮੈਂ ਇਹਨਾਂ ਦੀ ਇਨਵੀਟੇਸ਼ਨ 'ਤੇ ਇੱਥੇ ਸੀਟਲ ਜਿਹੜਾ ਪਹੁੰਚਿਆ ਵਾਂ ਔਰ ਸੀਟਲ ਨੂੰ ਡਿਸਕਵਰ ਕਰਾਂਗਾ ਔਰ ਇੱਥੇ ਆਪਣੀ ਪ੍ਰੈਜੈਂਟੇਸ਼ਨ ਦਾਂਗਾ ਜੀ ਸਾਡੀ ਸਟੇਟ ਦਾ ਨਾਂ ਵਾਸ਼ਿੰਗਟਨ ਹੈ ਜੀ ਸੀਟਲ ਸਿਟੀ ਦਾ ਨਾਂ ਹੈ ਸੋ ਇਟ ਵਾਸ਼ਿੰਗਟਨ ਸਟੇਟ ਹੈ ਵਾਸ਼ਿੰਗਟਨ ਵਾਸ਼ਿੰਗਟਨ ਡੀਸੀ ਨਹੀਂ ਵਾਸ਼ਿੰਗਟਨ ਕੱਲਾ ਵਾਸ਼ਿੰਗਟਨ ਇਹ ਬਿਲਕੁਲ ਅਸੀਂ ਪਹੁੰਚ ਗਏ ਹਾਂ ਇਸ ਵੇਲੇ ਕੈਨੇਡਾ ਦੇ ਬਾਰਡਰ ਦੇ ਬਿਲਕੁਲ ਕੋਲ ਹਾਂ 250 ਕਿਲੋਮੀਟਰ ਦੇ ਫਾਸਲੇ ਦੇ ਉੱਤੇ ਬਿਲਕੁਲ ਵੈਨਕੂਵਰ ਦਾ ਗੁਆਂਢੀਆਂ ਜੀ ਇਸ ਵੇਲੇ ਹਾਂ ਜੀ ਵੈਨਕੂਵਰ ਦੇ ਗੁਆਂਢੀਆਂ ਔਰ ਮੈਨੂੰ ਬੜਾ ਅੱਛਾ ਲੱਗ ਰਿਹਾ ਇੱਥੇ ਆ ਕੇ ਬੜਾ ਮਜ਼ਾ ਆ ਰਿਹਾ ਪਿੱਛੇ ਅਗਰ ਤੁਸੀਂ ਦੂਰ ਦੂਰ ਤੱਕ ਉੱਚੀਆਂ ਸਕਾਈ ਸਕ੍ਰੈਪਰਸ ਜਿਹਨੂੰ ਕਿ ਲੋਕ ਕਹਿੰਦੇ ਨੇ ਯਾਰ ਮਰਗਾ ਕੀ ਸਕਾਈ ਸਕ੍ਰੈਪਰਸ ਦੇਖ ਲਓ ਵੱਡੀਆਂ ਵੱਡੀਆਂ ਜਹਾਜ਼ਾਂ ਦੀ ਕੰਪਨੀ ਆ ਜਹਾਜ਼ ਵੀ ਇੱਥੇ ਹੀ ਬਣਦੇ ਸੀਟਲ ਦੇ ਵਿੱਚ ਵੀ ਇਹਨਾਂ ਨੂੰ ਦਿਖਾਲਾਂਗੇ ਵੀ ਜਿਹੜੀ ਬੋਇੰਗ ਆ ਜਿਹੜੇ ਜਹਾਜ਼ ਬਣਦੇ ਆ 747 ਜਿੰਨੇ ਵੀ ਹੈਗੇ ਆ ਅਤੇ ਉਹ ਜਹਾਜ਼ ਇੱਥੇ ਹੀ ਬਣਦੇ ਆ ਸੀਟਲ ਵਾਸ਼ਿੰਗਟਨ ਦੇ ਵਿੱਚ ਬਹੁਤ ਵੱਡੀ ਬੋਇੰਗ ਕੰਪਨੀ ਆ ਜਿਹੜੀ ਕਿ ਵਿਲੀਅਮ ਬੋਇੰਗ ਨਾਂ ਦੇ ਬੰਦੇ ਨੇ 1906-10 ਦੇ ਵਿੱਚ ਆਰੰਭ ਕੀਤੀ ਸੀ ਅੱਜ ਇੱਕ ਬਹੁਤ ਵੱਡੀ ਬੋਇੰਗ ਕੰਪਨੀ ਬਣੀ ਆ ਸੋ ਇਸ ਕਰਕੇ ਬਾਬਾ ਜੀ ਮੈਂ ਕਹਾਂਗਾ ਜੀ ਮੈਨੂੰ ਬੜਾ ਮਜ਼ਾ ਆ ਰਿਹਾ ਕਿ ਮੈਂ ਇਸ ਵੇਲੇ ਆਪਣੇ ਪੰਜਾਬੀ ਭਰਾਵਾਂ ਦੇ ਨਾਲ ਜਿਹੜਾ ਨਾ ਸੀਟਲ ਬੀਚ ਦੇ ਉੱਤੇ ਖਲੋਤਾ ਹਾਂ ਔਰ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਹੱਥੋਂ ਹੱਥ ਮੈਂ ਕਹਿ ਰਿਹਾ ਕਿ ਮੈਂ ਕਹਾਂਗਾ ਕਿ ਮੇਰਾ ਗੋਲਡਨ ਟ੍ਰਿਪ ਹੈ ਮੈਂ ਹੱਥੋਂ ਹੱਥ ਮੈਨੂੰ ਸਮਝ ਨਹੀਂ ਆਉਂਦੀ ਕਿ ਮੇਰਾ ਪੈਰ ਜ਼ਮੀਨ 'ਤੇ ਬਹੁਤ ਘੱਟ ਲੱਗਦਾ ਜੀ ਮੇਰੀ ਜਿਹੜੀ ਪ੍ਰੈਜੈਂਟੇਸ਼ਨ ਨੇ ਮੇਰੇ ਸਾਰੇ ਦੋਸਤ ਮੇਰੀ ਫੈਮਿਲੀ ਇਹ ਸੁਣ ਕੇ ਖੁਸ਼ ਹੋਏਗੀ ਕਿ ਮੇਰਾ ਕੋਈ ਦਿਨ ਕੋਈ ਲੰਬਾ ਮਿਸ ਨਹੀਂ ਜਾ ਰਿਹਾ ਇੱਕ ਇੱਕ ਦਿਨ ਦੇ ਵਿੱਚ ਮੇਰੀਆਂ 3-3 ਪ੍ਰੈਜੈਂਟੇਸ਼ਨਸ ਨੇ ਮੈਂ ਸੋਚਿਆ ਸੀ ਕਿ ਮੇਰੀਆਂ ਇਹੀ 12 ਪ੍ਰੈਜੈਂਟੇਸ਼ਨਸ ਹੋਣਗੀਆਂ ਹੁਣ ਤੱਕ ਮੇਰੀਆਂ 30 ਜਿਹੜੀਆਂ ਨੇ ਇੱਕ ਮਹੀਨਾ ਇੱਥੇ ਅਤੇ ਇੱਕ ਮਹੀਨੇ ਦੀ ਪੂਰੀ ਬੁਕਿੰਗ ਮੇਰੀ ਮੁਕੰਮਲ ਹੈ ਮੈਂ ਕਿੱਥੇ ਕਿੱਥੇ ਜਾਣਾ ਮੈਨੂੰ ਖੁਦ ਕੋਈ ਸਮਝ ਨਹੀਂ ਆਉਂਦੀ ਹੈ ਜੇ ਮੈਨੂੰ ਪਤਾ ਲੱਗਦਾ ਕਿ ਮੈਂ ਜਿਹੜੇ ਸ਼ਹਿਰ ਦੇ ਵਿੱਚ ਆਇਆ ਉੱਥੇ ਹੀ ਮੈਨੂੰ ਦੋਸਤ ਜਿਹੜੇ ਚਾਰੋਂ ਪਾਸੇ ਮੈਨੂੰ ਘੇਰੇ 'ਚ ਲੈ ਲੈਂਦੇ ਨੇ ਕਿ ਆ ਜਾਓ ਬਈ ਵੇਲਾ ਤੁਹਾਡਾ ਖਾਲੀ ਨਹੀਂ ਜਾਣਾ ਚਾਹੀਦਾ ਕੰਮ ਹੀ ਡਿਸਕਵਰੀ ਦਾ ਸ਼ੁਰੂ ਕੀਤਾ ਜੀ ਤੁਹਾਡੇ ਲਈ ਹੁਣ ਸਾਰੀ ਡਿਸਕਵਰੀ ਥੈਂਕ ਯੂ ਜੀ ਆਇਆ ਜ਼ਰਾ ਦਿਖਾਓ ਜੀ ਪਿੱਛੇ ਇਹ ਜੀ ਇੱਥੇ ਦਾ ਸਭ ਤੋਂ ਸੋਹਣਾ ਜਿਹੜਾ ਬੀਚ ਹੈ ਮੈਂ ਉਹ ਦੇਖ ਕੇ ਮੈਨੂੰ ਖੁਦ ਵੀ ਉਹ ਸਾਹਮਣੇ ਜਿਹੜੀ ਹੈ ਅਲਕਾਈ ਬੀਚ ਅਲਕਾਈ ਬੀਚ ਜਿਹਨੂੰ ਕਿਹਾ ਜਾਂਦਾ ਇਹ ਪਿੱਛੇ ਫੈਰੀਸ ਚੱਲ ਰਹੀਆਂ ਨੇ ਕੁਛ ਲੋਕ ਆਪਣੀਆਂ ਕਿਸ਼ਤੀਆਂ ਲੈ ਕੇ ਚੱਲ ਰਹੇ ਨੇ ਔਰ ਅਮੈਰੀਕਾ ਦਾ ਸਭ ਤੋਂ ਵੱਡਾ ਜਿਹੜਾ ਪੰਜਵਾਂ ਜਿਹੜਾ ਪੋਰਟ ਹੈ ਉਹ ਹੈ ਨੌਰਥ ਦੇ ਵਿੱਚ ਔਰ ਮਜ਼ਾ ਆ ਜਾਂਦਾ ਜੀ ਇੱਥੇ ਆ ਕੇ ਬੜੀ ਸੋਹਣੀ ਠੰਡੀ ਬਰਫੀਲੀ ਹਵਾ ਵੀ ਚੱਲਦੀ ਹੈ ਨਾਲ ਸੂਰਜ ਸੂਰਜ ਕਦੀ ਝਾਤੀਆਂ ਮਾਰਦਾ ਤੇ ਕਦੀ ਲੁਕ ਜਾਂਦਾ ਆਪੇ ਨਿਕਲਦਾ ਤੇ ਆਪੇ ਲੁਕ ਜਾਂਦਾ ਕੋਈ ਪਤਾ ਨਹੀਂ ਚੱਲਦਾ ਆ ਕਹਿੰਦੇ ਨੇ ਜੀ ਇੱਥੇ ਬਾਰਿਸ਼ਾਂ ਬਹੁਤ ਜ਼ਿਆਦਾ ਆਉਂਦੀਆਂ ਨੇ ਸੀਟਲ ਦੇ ਵਿੱਚ ਜਿਹੜੀਆਂ ਨਾ ਕੈਮਰਾ ਟਰਨ ਆਊਟ ਕਰੇ ਬੈਕ ਵੀ ਲੈ ਸਕਦਾ ਦੂਜੀ ਪਿੱਛੇ ਬੈਕ ਜੀ ਅਗਰ ਇਹ ਤੁਸੀਂ ਦੇਖੋ ਤਾਂ ਇਹ ਖੂਬਸੂਰਤ ਰਿਸੋਰਟਸ ਕੁਛ ਲੋਕਾਂ ਨੇ ਖਰੀਦੇ ਹੋਏ ਨੇ ਆਪਣੇ ਔਰ ਕਹਿ ਰਹੇ ਨੇ ਕਿ ਇੱਥੇ ਦੀ ਸੀਟਲ ਦੀ ਸਭ ਤੋਂ ਮਹਿੰਗੀ ਪ੍ਰੋਪਰਟੀ ਜਿਹੜੀ ਹੈ ਉਹ ਬੀਚ ਸਾਈਡ ਦੀ ਹੈ ਕੋਈ ਗੱਲ ਨਹੀਂ ਕੁਛ ਅਰਥਕਵਿਕ ਬਾਰੇ ਵੀ ਦੱਸਿਆ ਹੈ ਕਿ ਸਭ ਤੋਂ ਪਹਿਲੇ ਇਹ ਬੀਚ ਹੀ ਜਿਹੜਾ ਹੈ ਨਾ ਉਹ ਸੁਨਾਮੀ ਟਾਈਪ ਕੋਈ ਗੱਲ ਕਰਦੇ ਨੇ ਇਹਦੇ ਮੁਤਲਕ ਚਲੋ ਅੱਲਾ ਰਹਿਮ ਕਰੇ ਜੀ ਸਾਰਿਆਂ ਦੇ ਮਿਹਰ ਰੱਖੇ ਆਪਣੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਤੁਸੀਂ ਦੇਖ ਰਹੇ ਹੋ ਸੀਟਲ ਬੀਚ ਅਤੇ ਸੀਟਲ ਪੰਜਾਬੀ ਬਾਬਾ ਇਨ ਸੀਟਲ ਮਜ਼ਾ ਆ ਰਿਹਾ ਜੀ ਬਹੁਤ ਅੱਛਾ ਲੱਗ ਰਿਹਾ ਜੀ ਮੈਂ ਜਿਹੜਾ ਇੱਥੇ ਦੀ ਕਾਮਨ ਲਾਈਫ ਹੈ ਉਹ ਤਾਂ ਹੁਣ ਸਿਟੀ ਦੇ ਵਿੱਚ ਡਾਊਨ ਟਾਊਨ ਦੇ ਵਿੱਚ ਜਾਵਾਂਗੇ ਤਾਂ ਪਤਾ ਚੱਲੇਗਾ ਲੇਕਿਨ ਲੋਕ ਇੰਜੋਏ ਕਰ ਰਹੇ ਨੇ ਆਫਟਰਨੂਨ ਦਾ ਟਾਈਮ ਹੈ ਔਰ ਵੀਕਐਂਡ ਚੱਲ ਰਿਹਾ ਇੱਥੇ ਔਰ ਪਿੱਛੇ ਤੁਹਾਨੂੰ ਇੱਕ ਵੱਡੀ ਮਾਊਂਟੇਨ ਨਜ਼ਰ ਆ ਰਹੀ ਹੋਏਗੀ
ਉਹ ਚਮਕ ਰਹੀ ਹੈ ਕਹਿੰਦੇ ਜੀ ਮਾਊਂਟੇਨੀਅਰ ਕਹਿੰਦੇ ਜੀ ਜਿਹਦੇ ਕਰਕੇ ਇੱਥੇ ਮੀਂਹ ਜ਼ਿਆਦਾ ਪੈ ਰਹੇ ਆ ਓ ਇਸ ਰੇਨੀਅਰ ਦੇ ਕਰਕੇ ਸਭ ਤੋਂ ਉੱਚੀ ਤੇ ਆਈ ਸੀ ਮਾਊਂਟੇਨੀਅਰ ਇਹਦੇ ਬਾਰੇ ਵੀ ਪ੍ਰੈਡਿਕਟ ਹੈ ਜੀ ਇਹਦੇ ਚ ਲਾਵਾ ਨੇ ਇਹਨੇ ਰੈਪਚਰ ਹੋਣਾ ਕਿਸੇ ਦਿਨ ਓਏ ਹੋਏ ਇਹਦੇ ਥੱਲੇ ਲਾਵਾ ਹੈਗਾ ਇਹ ਕਦੇ ਕਦੇ ਜਦੋਂ ਸਾਹ ਲੈਂਦਾ ਤਾਂ ਫਿਰ ਧੂੰਆਂ ਜਿਹਾ ਕੱਢਦਾ ਉੱਪਰੋਂ ਪਹਾੜੀ ਚੋਂ ਅੱਛਾ ਹਾਂਜੀ ਹਾਂਜੀ ਲਓ ਜੀ ਆਪਣੇ ਅਜੈਬ ਸਿੰਘ ਵੀਰ ਜੀ ਅਜੈਬ ਸਿੰਘ ਵੀਰ ਜੀ ਔਰ ਸੈਮੀ ਸਾਹਿਬ ਇੱਥੇ ਸਭ ਤੋਂ ਵੱਡੀ ਇੰਟਰਨੈਸ਼ਨਲੀ ਨੋਨ ਕੰਪਨੀ ਸੁਖੀ ਵੀਰ ਜੀ ਸਾਡਾ ਹੈੱਡ ਆਫਿਸ ਹੈਗਾ ਮਾਈਕਰੋਸਾਫਟ ਦਾ ਮਾਈਕਰੋਸਾਫਟ ਆ ਤੇ ਜਿਹੜਾ ਕਾਸਕੋ ਆ ਜੋ ਅਮਰੀਕਾ ਦੇ ਅੰਦਰ ਕੈਨੇਡਾ ਦਾ ਉਹਦਾ ਜਿਹੜਾ ਹੈੱਡ ਆਫਿਸ ਵੀ ਇੱਥੇ ਆ ਜੀ ਤੇ ਉਹ ਤੋਂ ਬਾਅਦ ਨਾਰਥ ਵੈਸਟ ਦਾ ਜਿੰਨੀ ਜਿਹੜੀ ਏਅਰਲਾਈਨ ਦਾ ਉਹਦਾ ਵੱਡਾ ਪੋਰਟ ਆ ਤੇ USA ਦੇ ਜਿਹੜੇ 20 ਵਧੀਆ ਸ਼ਹਿਰਾਂ ਦੇ ਵਿੱਚੋਂ ਸਿਆਟਲ ਨੰਬਰ 1 ਦੇ ਉੱਤੇ ਆਇਆ ਸੀ ਇਸ ਸਾਲ ਕਾਫੀ ਬੜੀ ਮਸ਼ਹੂਰ ਆ ਜਿਹੜੀ ਵਰਲਡ ਦੇ ਵਿੱਚ ਆ ਉਹਦਾ ਨਾਂ ਸਟਾਰਬਕਸ ਆ ਚਲੋ ਜੀ ਮੈਂ ਹਾਂ ਤੁਹਾਡਾ ਆਪਣਾ ਹੋਸਟ ਬਾਬਾ ਜੀ ਔਰ ਪੰਜਾਬੀ ਬਾਬਾ ਇਨ ਸਿਆਟਲ